ਹਾਂਜੀ ਰਾਜੇ, ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਆ ਜਾਓ ਵੀ, ਆਪਣੀ ਲਾਈਵ ਕਲਾਸ ਸ਼ੁਰੂ ਹੋ ਗਈ ਹੈ। ਪੰਜਾਬੀ ਮਾਸਟਰ ਕੇਡਰ ਦੀ ਕਲਾਸ ਸ਼ੁਰੂ ਹੈ ਬਈ, ਆ ਜਾਓ ਪੰਜਾਬੀ ਮਾਸਟਰ ਕੇਡਰ ਵਾਲੇ, ਫਿਰ ਆਪਾਂ ਆਪਣਾ ਟੌਪਿਕ ਹੈ ਜਿਹੜਾ ਸ਼ੁਰੂ ਕਰਦੇ ਹਾਂ। ਹਾਂਜੀ ਰਾਜੇ, ਆ ਜਾਓ ਕਰੀਏ ਸ਼ੁਰੂ ਕਲਾਸ ਆਪਣੀ। ਕੱਲ ਆਪਣਾ ਜਿਹੜਾ ਕਿੱਸਾ ਕਾਵਿ ਦਾ ਮਤਲਬ ਕਿ ਮੁੱਢ ਸਿਹੜਾ ਕਿਵੇਂ ਵੱਜਾ ਸੀ, ਉਹ ਚੀਜ਼ ਬਾਰੇ ਆਪਾਂ ਪੜ੍ਹ ਰਹੇ ਸੀਗੇ, ਅਤੇ ਉਹ ਆਪਣਾ ਥੋੜ੍ਹਾ ਜਿਹਾ ਰਹਿ ਗਿਆ ਸੀ। ਅਤੇ ਕਿੱਸਿਆਂ ਦੀ ਵਰਗ ਵੰਡ ਵਗੈਰਾ, ਬਾਕੀ ਕਿੱਸਿਆਂ ਦੀ ਰੂੜੀਆਂ ਵਗੈਰਾ, ਕਿੱਸਾ ਕਿੱਥੋਂ ਆਇਆ, ਮਸ਼ਨਵੀ ਦੇ ਵਿੱਚੋਂ ਆਇਆ, ਹੈ ਨਾ, ਉਹ ਸਾਰੀਆਂ ਚੀਜ਼ਾਂ ਆਪਾਂ ਥੋੜ੍ਹੀਆਂ ਥੋੜ੍ਹੀਆਂ ਸਮਝ ਲਈਆਂ ਸੀ, ਅਤੇ ਕੁਝ ਕੁ ਆਪਾਂ ਅੱਜ ਵੀ ਮਤਲਬ ਕਿ ਸਮਝਾਂਗੇ, ਹੈ ਨਾ। ਹਾਂਜੀ, ਗੁੱਡ ਆਫਟਰਨੂਨ ਜੀ ਰਾਜਨੀਤ ਜੀ। ਹਾਂਜੀ ਰਾਜੇ, ਆਪਾਂ ਜਿਹੜਾ ਲਾਸਟ ਪੁਆਇੰਟ ਕੱਲ੍ਹ ਡਿਸਕਸ ਕੀਤਾ ਸੀਗਾ ਇਹਦੇ ਰਸਾਂ ਬਾਰੇ ਸੀ, ਅਤੇ ਇਹਦੇ ਜਿਹੜੇ ਆਪਾਂ ਅੱਜ ਦਾ ਕਰਦੇ ਗਏ ਤੇ ਛੰਦ, ਛੰਦ ਇਹਦੇ ਸੀ ਜਿਹੜੇ, ਉਹ ਕਿਹੜੇ ਕਿਹੜੇ ਸੀਗੇ। ਛੰਦ ਸੀਗੇ ਦਵਈਆ, ਬੈਂਤ, ਕਵਿੱਤ, ਕਲੀ। ਕਲੀ ਦੇ ਵਿੱਚ ਵੀ ਲਿਖਿਆ ਗਿਆ, ਠੀਕ ਹੈ, ਕਿੱਸੇ ਜਿਹੜੇ ਆ ਬੈਂਤ, ਦਵਈਆ, ਕਵਿੱਤ ਅਤੇ ਕਲੀ ਦੇ ਵਿੱਚ ਵੀ ਕੀ ਆ ਲਿਖੇ ਗਏ ਆ, ਠੀਕ ਹੈ ਜੀ। ਆਵਾਜ਼ ਆ ਰਹੀ ਹੈ ਮੇਰੀ ਸਾਰਿਆਂ ਨੂੰ? ਅਤੇ ਸੱਦ ਕਾਵਿ ਰੂਪ ਵੀ ਵਰਤਿਆ ਗਿਆ, ਕਿਹਦੇ ਵੱਲੋਂ ਵਰਤਿਆ ਗਿਆ, ਪੀਲੂ ਵੱਲੋਂ ਸੱਦ ਕਾਵਿ ਰੂਪ ਹੈ ਜਿਹੜਾ ਉਹ ਵਰਤਿਆ ਗਿਆ, ਠੀਕ ਹੈ। ਪਰ ਛੰਦ ਜਿਹੜੇ ਆ ਉਹ ਇਹੀ ਆ, ਦਵਈਆ, ਬੈਂਤ, ਕਵਿੱਤ ਅਤੇ ਕਲੀ ਛੰਦ ਜ਼ਿਆਦਾਤਰ, ਠੀਕ ਹੈ ਜੀ। ਅਤੇ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਦੋੜਾ, ਸਵਈਆ, ਚੌਪਈ, ਕਾਫੀ ਆਦਿ ਜਿਹੜੇ ਹੈ ਇਹ ਵੀ ਮਤਲਬ ਕਿ ਇਹਨਾਂ ਦੇ ਵਿੱਚ ਵੀ ਕਿੱਸੇ ਆ ਜਿਹੜੇ ਉਹ ਲਿਖੇ ਗਏ ਸੀਗੇ, ਠੀਕ ਹੈ, ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ। ਆਪਾਂ ਇੱਕ ਚੀਜ਼ ਹੋਰ ਮੈਂ ਤੁਹਾਨੂੰ ਦੱਸਦੀ ਹਾਂ, ਜਿਹੜੀ ਆਪਾਂ ਕੱਲ੍ਹ ਪੜ੍ਹਿਆ ਸੀ ਵੀ ਅਰਬੀ ਦੇ, ਅਰਬੀ ਤੋਂ ਕੀ ਹੈ ਕਿੱਸਾ ਜਿਹੜਾ ਸ਼ਬਦ ਆ ਸੀ ਲਿਆ ਅਰਬੀ ਭਾਸ਼ਾ ਤੋਂ, ਹੈ ਨਾ, ਪਰ ਜਿਹੜਾ ਮਸ਼ਨਵੀ ਕਾਵਿ ਰੂਪ ਸੀ ਫਾਰਸੀ ਦਾ, ਉਹ ਤੋਂ ਅਸੀਂ ਮਤਲਬ ਕਿ ਇਹਦਾ ਜਿਹੜਾ ਮਤਲਬ ਕਿ ਚੌਕਟਾ ਜਿਹੜਾ ਵੀ ਕਿਸ ਢੰਗ ਨਾਲ ਮਤਲਬ ਉਹ ਜਿਹੜਾ ਲਿਖਿਆ ਜਾਂਦਾ ਨਾ, ਉਹ ਸਾਰੀ ਚੀਜ਼ ਅਸੀਂ ਮਸ਼ਨਵੀ ਤੋਂ ਲਈ ਹੈ। ਉਹ ਚੀਜ਼ ਮਤਲਬ ਕਿ ਇਸੇ ਕਰਕੇ ਕਿਹਾ ਜਾਂਦਾ ਵੀ ਕਿੱਸਾ ਜਿਹੜਾ ਅਰਬੀ ਫਾਰਸੀ ਭਾਸ਼ਾ ਦਾ ਸ਼ਬਦ ਆ, ਅਰਬੀ ਫਾਰਸੀ ਭਾਸ਼ਾ ਤੋਂ ਆਇਆ, ਅਸੀਂ ਦੋਨੇ ਚੀਜ਼ਾਂ ਵਰਤਦੇ ਹਾਂ, ਅਰਬੀ ਵੀ ਅਤੇ ਫਾਰਸੀ ਵੀ। ਅਤੇ ਅਰਬੀ ਦੇ ਵਿੱਚ ਜਿਹੜਾ ਕਿੱਸਾ ਹੈ ਰਾਜੇ, ਅਰਬੀ ਦੇ ਵਿੱਚ ਕਿੱਸਾ ਹੈ ਜਿਹੜਾ ਉਹ ਗਦ ਰੂਪ ਵਿੱਚ ਲਿਖਿਆ ਜਾਂਦਾ, ਭਾਵ ਕਿ ਕੋਈ ਕਥਾ ਕਹਾਣੀ, ਕਥਾ ਕਹਾਣੀ ਹੁੰਦੀ ਉਹਦੇ ਵਿੱਚ ਜਿਹੜੀ ਕਿ ਗਦ ਰੂਪ ਦੇ ਵਿੱਚ ਹੁੰਦੀ ਆ, ਠੀਕ ਹੈ। ਅਤੇ ਫਾਰਸੀ ਦੇ ਵਿੱਚ ਕੀ ਆ, ਮਸ਼ਨਵੀ ਰੂਪ ਦੇ ਵਿੱਚ ਜਿਹੜਾ ਕਿ, ਮਸ਼ਨਵੀ ਰੂਪ 'ਚ ਜਿਹੜਾ ਕਿ ਕਵਿਤਾ ਰੂਪ ਦੇ ਵਿੱਚ, ਪਦ ਰੂਪ ਦੇ ਵਿੱਚ। ਅਤੇ ਅਸੀਂ ਕੀ ਹੈ ਮਸ਼ਨਵੀ ਨੂੰ ਅਪਣਾਇਆ, ਪਰ ਅਸੀਂ ਜਿਹੜਾ ਉਹਦਾ ਸ਼ਬਦ ਸੀਗਾ ਉਹ ਅਰਬੀ ਤੋਂ ਲਿਆ, ਭਾਵ ਕਿ ਕਿੱਸਾ ਜਿਹੜਾ ਉਹ ਅਰਬੀ ਭਾਸ਼ਾ ਤੋਂ ਆਇਆ, ਠੀਕ ਹੈ ਜੀ। ਇਹ ਚੀਜ਼ ਆਪਾਂ ਥੋੜ੍ਹੀ ਜਿਹੀ ਕੱਲ੍ਹ ਇੰਨੀ ਕੁ ਕਰ ਲਈ ਸੀਗੀ, ਅਤੇ ਆਪਾਂ ਇਹਦੀਆਂ ਰੂੜੀਆਂ ਸੀ ਜਿਹੜੀਆਂ ਉਹ ਵੀ ਤੁਹਾਨੂੰ ਦੱਸ ਦਿੱਤੀਆਂ ਸੀਗੀਆਂ ਮੈਂ, ਵੀ ਜਿਹੜੀਆਂ ਇਹਦੀਆਂ ਕਥਾਨਕ ਰੂੜੀਆਂ ਕਿਹੜੀਆਂ ਕਿਹੜੀਆਂ ਸੀ। ਪਹਿਲੀ ਤੱਕਣੀ 'ਚ ਪਿਆਰ ਹੋਣਾ ਜੀ, 12 ਵਰਿਆਂ ਦੀ ਰੂੜੀ ਸੀ, ਆਪਣੀ ਪੀਰਾਂ ਵਾਲੀ ਰੂੜੀ ਸੀ ਜਿਹੜੀ, ਹੈ ਨਾ, ਪੰਜ ਪੀਰਾਂ ਦੀ ਥਾਪਨਾ ਵਾਲੀ ਰੂੜੀ ਸੀ, ਅਤੇ ਜਿਹੜੀ ਇੱਕ ਫੋਟੋ ਨੂੰ ਵੇਖ ਕੇ ਪਿਆਰ ਹੋਣਾ ਇਹ ਵਾਲੀ ਕਥਾਨਕ ਰੂੜੀ ਸੀਗੀ ਜਿਹੜੀ, ਇਹ ਸਾਰੀਆਂ ਕਥਾਨਕ ਰੂੜੀਆਂ ਸੀ ਜਿਹੜੀਆਂ ਉਹ ਕਿੱਸਿਆਂ ਦੇ ਵਿੱਚ ਮਤਲਬ ਕਿ
ਸਾਰੇ ਹੀ ਕਿੱਸਿਆਂ ਦੇ ਵਿੱਚ ਲਗਭਗ ਸਾਨੂੰ ਕੀ ਹੈ ਰਾਜੇ ਦੇਖਣ ਨੂੰ ਮਿਲ ਜਾਂਦੀਆਂ ਨੇ ਜਿਹੜੀ ਚੀਜ਼ ਆਪਾਂ ਕੱਲ੍ਹ ਡਿਸਕਸ ਕੀਤੀ ਸੀ। ਦੂਸਰੀ ਇੱਕ ਹੋਰ ਚੀਜ਼ ਜਿਹੜੀ ਕਿੱਸਾ ਕਾਵਿ ਦਾ ਹਿੱਸਾ ਹੈ ਉਹ ਹੈਗੀ ਹੈ ਕਵਿਓਵਾਚ। ਕਵਿਓਵਾਚ ਕਵਿਓਵਾਚ ਕੀ ਹੁੰਦਾ? ਜਿੱਥੇ ਕੀ ਹੈ ਕਵੀ ਜਿਹੜਾ ਹੈ ਲੇਖਕ ਜਿਹੜਾ ਹੈ ਉਹ ਆਪਣੇ ਦੁਆਰਾ ਕੀ ਹੈ ਕੋਈ ਸਪਸ਼ਟੀਕਰਨ ਦਿੰਦਾ ਹੈ, ਆਪਣੇ ਦੁਆਰਾ ਕੀ ਹੈ ਆਪ ਕੀ ਹੈ ਉੱਥੇ ਕੋਈ ਬਿਆਨਬਾਜ਼ੀ ਕਰਦਾ, ਆਪ ਮਤਲਬ ਕਿ ਉਸ ਰਚਨਾ ਸੰਬੰਧੀ ਜਾਂ ਉਸ ਲਿਖਤ ਦੇ ਸੰਬੰਧੀ ਕੀ ਹੈ ਆਪਣੇ ਬਾਰੇ ਆਪਣੇ ਤੌਰ 'ਤੇ ਕੀ ਹੈ ਰਾਏ ਦਿੰਦਾ, ਆਪਣੇ ਤੌਰ 'ਤੇ ਕੀ ਹੈ ਸਪਸ਼ਟੀਕਰਨ ਦਿੰਦਾ, ਉਸਨੂੰ ਕੀ ਕਹਿੰਦੇ ਆ ਕਵਿਓਵਾਚ ਕਹਿੰਦੇ ਆ। ਅਤੇ ਕਵਿਓਵਾਚ ਜਿਹੜਾ ਕਿੱਸਿਆਂ ਦਾ ਇੱਕ ਮਹੱਤਵਪੂਰਨ ਅੰਗ ਆ, ਇਹ ਮਤਲਬ ਕਿ ਕਿੱਸਾਕਾਰੀ ਦੇ ਵਿੱਚ ਇਹ ਚੀਜ਼ ਜਿਹੜੀ ਆ ਵਰਤੀ ਜਾਂਦੀ ਹੈ ਵੀ ਜਿੱਥੇ ਕਵੀ ਆਪਣੇ ਦੁਆਰਾ ਕੀ ਆ ਉਸ ਕਿੱਸੇ ਬਾਰੇ ਸਪਸ਼ਟੀਕਰਨ ਹੈ ਜਿਹੜਾ ਉਹ ਦਿੰਦਾ। ਠੀਕ ਹੈ ਜੀ, ਤਾਂ ਹੁਣ ਆਪਾਂ ਚੱਲਦੇ ਹਾਂ ਕਿੱਸਿਆਂ ਦੀ ਵਰਗ ਵੰਡ 'ਤੇ। ਕਿੱਸਿਆਂ ਦੀ ਵਰਗ ਵੰਡ ਵੀ ਕਿਹੜੇ ਕਿਹੜੇ ਤਰ੍ਹਾਂ ਦੇ ਕਿੱਸੇ ਸੀ ਜਿਹੜੇ ਪਹਿਲੇ ਹੈਗੇ ਆ ਕਿੱਸੇ, ਜ਼ਿਆਦਾਤਰ ਕੀ ਆ ਪ੍ਰੇਮ ਪਿਆਰ ਦੇ ਜਿਹੜੀਆਂ ਕਹਾਣੀਆਂ ਸੀ ਉਹਨਾਂ ਨਾਲ ਸੰਬੰਧਿਤ ਹੀ ਜ਼ਿਆਦਾਤਰ ਕਿੱਸੇ ਜਿਹੜੇ ਆ ਲਿਖੇ ਗਏ। ਤਾਂ ਆਪਣੀ ਪਹਿਲੀ ਜਿਹੜੀ ਕਿਸਮ ਹੈ ਉਹ ਪ੍ਰੇਮ ਕਿੱਸਿਆਂ 'ਤੇ ਹੈ। ਪ੍ਰੇਮ ਪ੍ਰਧਾਨ ਕਿੱਸੇ ਕਹਿ ਸਕਦੇ ਹਾਂ ਆਪਾਂ ਇਹਨੂੰ, ਜਾਂ ਪ੍ਰੇਮ ਪ੍ਰਧਾਨ ਕਿੱਸੇ। ਤਾਂ ਉਹ ਕਿਹੜੇ ਕਿਹੜੇ ਸੀਗੇ? ਹੀਰ ਰਾਂਝਾ, ਸੱਸੀ ਪੁੰਨੂ, ਸੋਹਣੀ ਮਹੀਵਾਲ, ਸੋਹਣੀ ਮਹੀਵਾਲ, ਮਿਰਜ਼ਾ ਸਾਹਿਬਾ, ਸੀਰੀ ਫਰਹਾਦ। ਇਹ ਕੀ ਹੈ? ਪ੍ਰੇਮ ਪ੍ਰਧਾਨ ਕਿੱਸੇ ਆ। ਦੂਜੀ ਜਿਹੜੀ ਆਪਣੀ ਕਿਸਮ ਹੈ ਉਹ ਹੈਗੀ ਆ ਸਦਾਚਾਰਕ ਕਿੱਸਿਆਂ ਦੀ ਜੀ। ਸਦਾਚਾਰਕ ਕਿੱਸੇ, ਸਦਾਚਾਰ ਕੀ ਹੁੰਦਾ ਬਈ? ਹਾਂਜੀ ਦੱਸੋ, ਸਦਾਚਾਰ ਹੁੰਦਾ ਰਾਜੇ ਜਿਹੜਾ ਇਹ ਸਾਡਾ ਮਤਲਬ ਕਿ ਸੱਭਿਆਚਾਰ ਦਾ ਕੰਸੈਪਟ ਹੈ। ਸਦਾਚਾਰ ਸਦਾਚਾਰ ਹੁੰਦਾ ਜਿਵੇਂ ਹੁਣ ਦੋ ਤਰ੍ਹਾਂ ਦੇ ਕੰਸੈਪਟ ਆ ਸਾਡੇ ਸਮਾਜ ਦੇ ਵਿੱਚ, ਇੱਕ ਸਦਾਚਾਰਕ ਹੈ, ਸਦਾਚਾਰਕ ਨੇ ਸਾਹਮਣੇ ਇੱਕ ਹੈਗਾ ਟੈਬੂ। ਟੈਬੂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਨਾ, ਤੁਸੀਂ ਪੜ੍ਹਿਆ ਹੋਇਆ ਵੀ ਜਿਹੜੀ ਸਮਾਜਿਕ ਵਰਜਨਾ ਜਿਹਨੂੰ ਆਪਾਂ ਕਹਿੰਦੇ ਹਾਂ ਸਮਾਜਿਕ ਮਨਾਹੀ, ਜਿਹੜੀ ਚੀਜ਼ ਕਿ ਜੇ ਅਸੀਂ ਕੋਈ ਉਹ ਸਮਾਜਿਕ ਵਰਜਨਾ ਦੇ ਨੂੰ ਮਤਲਬ ਕਿ ਉਲੰਘਣਾ ਕਰਦੇ ਹਾਂ ਤਾਂ ਸਮਾਜ ਸਾਨੂੰ ਸਜ਼ਾ ਦਿੰਦਾ, ਸਮਾਜ ਸਾਨੂੰ ਸਮਾਜ ਦੇ ਵਿੱਚੋਂ ਛੇਕ ਦਿੰਦਾ ਨਾ, ਉਹ ਕੀ ਹੈ ਟੈਬੂ ਹੁੰਦਾ। ਅਤੇ ਸਦਾਚਾਰ ਕੀ ਹੁੰਦਾ? ਸਦਾਚਾਰ ਜਿਹੜੀ ਚੀਜ਼ ਕਿ ਭਾਵ ਕਿ ਜਿਹੜੀ ਚੀਜ਼ ਦੀ ਉਲੰਘਣਾ ਕਰਨ 'ਤੇ ਸਾਨੂੰ ਕੋਈ ਸਜ਼ਾ ਨਹੀਂ ਦਿੱਤੀ ਜਾਂਦੀ, ਪਰ ਸਾਨੂੰ ਜੇ ਅਸੀਂ ਉਹ ਨਿਯਮਾਂ ਦੀ ਪਾਲਣਾ ਕਰਦੇ ਹਾਂ ਤਾਂ ਸਮਾਜ ਸਾਨੂੰ ਚੰਗਾ ਵੀ ਸਮਝਦਾ। ਜਿਵੇਂ ਹੁਣ ਮੰਨ ਲਓ ਸਾਡੇ ਘਰ ਦੇ ਵਿੱਚ ਕੋਈ ਆਉਂਦਾ ਹੈ ਨਾ, ਉਹਨੂੰ ਵਿਸ਼ ਕਰਨਾ, ਜਿਵੇਂ ਛੋਟੇ ਬੱਚੇ ਕੀ ਹੈ ਪੈਰੀ ਹੱਥ ਲਾ ਦਿੰਦੇ ਆ ਜਾਂ ਵਿਸ਼ ਕਰਦੇ ਆ, ਹੈ ਨਾ, ਚੰਗੀ ਤਰ੍ਹਾਂ ਉਹਨਾਂ ਨੂੰ ਮਿਲਦੇ ਆ, ਵਧੀਆ ਗੱਲਬਾਤ ਕਰਦੇ ਆ, ਉਹ ਕੀ ਹੈ? ਸਦਾਚਾਰ ਆ। ਭਾਵ ਕਿ ਉਹ ਸਾਨੂੰ ਜਿਹੜੀ ਸਿੱਖੀ ਸਿਖਾਈ ਚੀਜ਼ ਜਿਹੜੀ ਕਿ ਮਤਲਬ ਕਿ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਅੱਗੇ ਅੱਗੇ ਜਾਂਦੀ ਆ, ਉਹ ਚੀਜ਼ ਕੀ ਹੈ? ਸਦਾਚਾਰ ਆ। ਹੁਣ ਸਦਾਚਾਰਕ ਕਿੱਸੇ ਜਿਹੜੇ ਆ, ਜਿਵੇਂ ਹੁਣ ਪੂਰਨ ਭਗਤ ਦਾ ਕਿੱਸਾ, ਪੂਰਨ ਭਗਤ ਦਾ ਕਿੱਸਾ ਸਦਾਚਾਰਕ ਕਿੱਸਿਆਂ ਦੇ ਵਿੱਚ ਆਉਂਦਾ। ਹੁਣ ਪੂਰਨ ਭਗਤ ਦੀ ਕਥਾ ਦੇ ਵਿੱਚ ਕੀ ਆ? ਪੂਰਨ ਭਗਤ ਜਿਹੜਾ ਮਤਲਬ ਕਿ ਆਪਣਾ ਧਰਮ ਨਿਭਾ ਰਿਹਾ ਕਿ ਉਹ ਜਿਹੜੀ ਲੂਣਾ ਹੈ, ਹੈ ਨਾ, ਭਾਵੇਂ ਪੂਰਨ ਭਗਤ ਦੇ ਹਾਣ ਦੀ ਆ, ਪਰ ਉਹਦੇ ਲਈ ਕੀ ਆ? ਉਹ ਇੱਕ ਮਾਂ ਹੈ, ਮਾਂ ਦਾ ਰੁਤਬਾ। ਤਾਂ ਉੱਥੇ ਕੀ ਆ? ਉਹ ਸਦਾਚਾਰ ਆ ਵੀ ਮਤਲਬ ਮੇਰੀ ਮਾਂ ਹੈ ਜਿਹੜੀ, ਇਹ ਮਤਲਬ ਮਾਂ ਹੀ ਹੈ, ਠੀਕ ਹੈ, ਮਾਂ ਦੀ ਜਿਹੜੀ ਜਿਵੇਂ ਉਹ ਆਪਣੀ ਮਾਂ ਦੀ ਰਿਸਪੈਕਟ ਆ, ਉਵੇਂ ਹੀ ਕੀ ਹੈ ਲੂਣਾ ਦੀ ਰਿਸਪੈਕਟ ਆ ਉਹਦੇ ਮਨ ਦੇ ਵਿੱਚ। ਤਾਂ ਉਹ ਕੀ ਹੈ? ਸਦਾਚਾਰ, ਸਦਾਚਾਰ ਕਿੱਸਿਆਂ ਦੇ ਵਿੱਚ ਆਉਂਦੀ ਹੈ। ਠੀਕ ਹੈ ਜੀ, ਲੱਗ ਰਹੀ ਹੈ ਸਮਝ? ਗੋਪੀ ਚੰਦ, ਭਰਥਰੀ ਹਰੀ, ਰਾਜਾ ਸਨ ਆ, ਇਹ ਕੀ ਹੈ ਬਈ? ਸਾਡੇ ਸਦਾਚਾਰਕ ਕਿੱਸੇ ਹੈ। ਠੀਕ ਹੈ ਜੀ, ਨੰਬਰ ਥਰਡ ਹੈਗੇ ਆ ਵੀਰਤਾ ਪ੍ਰਧਾਨ ਕਿੱਸੇ।
वीरता प्रधान किस्से जिन्हां दे विच की है वीरता जिहड़ी है मोहरी रही है, जिवें दुल्ला भट्टी, जैमल फत्ता, दुल्ला भट्टी, जैमल फत्ता, सुच्चा सुरमा, जाना मौड़, रोडा जलाली आदि, ये सारे किस्से की है वीरता प्रधान किस्से है, जिदे विच वीर रस प्रधान मतलब के गल्लां सी जिहड़ियां कही गई, ठीक है। जां इन्हां नूं खेतरी किस्से भी आपां कह दिंदे हुंदे आ, वी खेतरी किस्से भाव के किसे ना किसे खेतर नाल जुड़े किस्से सी, जिन्हां दी रचना की है किसे मशहूर लेखक जां किसे किस्साकार द्वारा नहीं हुई, पर की है इह साडे उहनां मतलब के जिहड़े साडे जिहड़े साडे समाज दे की है महाबली सी जिहड़े, है ना, जिन्हां ने कोई ना कोई समाज लई कोई ना कोई काम कीता, उहनां बारे इह किस्से सी। इह भावें कि किसे भी मशहूर राइटर द्वारा नहीं लिखे गए, किसी कविश्री गाउण वाले द्वारा, ठीक है, भट्टां द्वारा, उन्हां द्वारा की किस्से गाए गए, पर यह की है वीरता प्रधान किस्से आ, उन्नी ही की है ये साडे समाज दे विच उन्नी ज़्यादा ही मतलब कि अहमियत है जिहड़ी वो रखते हैं जिवें दूसरे किस्से, ठीक है जी। अगे हैगा पंजाबी किस्से, इन्हां दे विचों पंजाबी किस्से किहड़े किहड़े सीगे, पंजाबी किस्से किहड़े आ भी, जिवें हीर रांझा, मिर्जा साहिबां, सोहणी महिवाल, सोहणी महिवाल, ये की है साढ़े पंजाबी किस्से आ, है ना, पूर्ण भगत, पूर्ण भगत, ये किस्से राजे साढ़े पंजाबी किस्से आ जिहड़े साढ़े पंजाब की धरती के उपर मतलब के साढ़े पंजाब की कहानी है जिन्हां दे विच, ठीक है जी, ये साढ़े पंजाबी किस्से आ। तो प्यारा सिंह भोगल कहिंदा कि पंजाब दे विच ढाई इश्क होए आ, प्यारा सिंह भोगल के अनुसार पंजाब दे विच ढाई इश्क होए आ। की कहिंदा वी ढाई इश्क की गल करदा, वो ढाई इश्क किहड़े किहड़े, एक तो हीर रांझे का, दूसरा सोहणी महिवाल का पूरा इश्क, हीर रांझे तो सोहणी महिवाल का पूरा इश्क, तो अद्धा कि मिर्जा साहिबा का, क्योंकि मिर्जा साहिबा के किस्से दे विच साहिबा जिहड़ी है उहदे तीर तोड़ दिंदी है, है ना, तो मिर्जे नाल की है वह गदारी पा के उत्थे की है किस्सा जिहड़ा पूरा नहीं मन्निया गया, पूरा प्रेम है जिहड़ा वो इन्हां दा नहीं मन्निया गया, तो उसनू अद्धा कहा गया, तो प्यारा सिंह भोगल इसनू ढाई इश्क है जिहड़ा वो कहिंदा है, ठीक है जी। तो यह सीगा साडा किस्सा काव्य, किस्सा काव्य भाग के कित्थों कित्थों किहड़ियां चीज़ां चों आया, कल आपां इस बारे आपां कीता सीगा, तो हुण आपां जिहड़ा अपना किस्सा कवि पहला है दमोदर उहदे बारे गल करांगे। चलिए जी अगे, मैनूं दस्या करो राजे कमेंट करके कि तुहानूं समझ लग रहा जां नहीं लग रहा, अगे चलिए आपां। तो एक होर चीज़ मैं तुहानूं दस दिंदी हां कि जिहड़े किस्सा काव्य सीगा अपना, एक चीज़ रह गई सी जिहड़ा किस्सा काव्य सी राजे, किस्सा काव्य दे विच तुसीं वेख्या भी ज़्यादातर की है मुस्लिम किस्साकार ही सीगे, दमोदर ते एक अपना पीलू, इन्हां दोवां नूं छड्ड के बाकी सारे की है मुस्लिम किस्साकार, है ना, जिवें आपां पढ़दे हां उहनां दे जीवन बारे, है ना, तो वह सारे मुस्लिम किस्साकार ने, तो इन्ना मुस्लिम किस्साकार इन्हों ने यही क्यों मतलब किस्सा काव्य नूं अपनाया, जिहड़े साडे हिंदू जां अपना सिख मतलब कि भाईचारा उन्होंने क्यों नहीं किस्से लिखे, क्योंकि जिहड़ा किस्सियां दा समां जिहड़ा सानूं मतलब कि मुगलों की आमद तो बाद चीज़ां शुरू होंदियां, तो जिहड़ा अरबी फारसी तो मतलब कि सानूं यह चीज़ां सी जिहड़ियां मिलदियां सीगियां, तो जदों मुगल सी जिहड़े उन्होंने जबरदस्ती की सी जहांगीर वर्गियां ने मतलब इत्थों दे लोकां नूं मुसलमानी धर्म से जिहड़ा अपनाउणा अपनवाया, है ना, भी मुसलमान बनाया जबरदस्ती, तो उन्होंने मुसलमान बन के की है अपने मन दे विच, तां उन्होंने मन दे विच तां की सी जिहड़े ओह रौह रीतां सी अपने धर्म दियां, चाहे वह हिंदू सी, है ना, तो वह रौह रीतां सी जिहड़ियां मन दे विच तां ख्याल सी जिहड़े वह सारे उही पए सी,
ਪਰ ਇਹਨਾਂ ਨੇ ਕੀ ਸੀ, ਨਾ ਤਾਂ ਉਹ ਹਿੰਦੂ ਨਾ ਉਹ ਮੁਸਲਮਾਨ, ਤਾਂ ਇਸ ਕਰਕੇ ਇਹਨਾਂ ਨੇ ਕੋਈ ਤੀਸਰਾ ਰਸਤਾ ਜਿਹੜਾ ਸੀਗਾ ਉਹ ਅਪਣਾਇਆ, ਜਿਹੜਾ ਕਿ ਕਿੱਸਾ ਕਾਵਿ ਵੱਲ ਨੂੰ ਇਹਨਾਂ ਨੂੰ ਲੈ ਗਿਆ, ਭਾਵ ਕਿ ਜਿੱਥੇ ਬੰਦੇ ਨੂੰ ਐਂ ਲੱਗੇ ਕਿ ਮੈਂ ਖੁੱਲ੍ਹ ਕੇ ਕੋਈ ਗੱਲ ਕਹਿ ਸਕਦਾ, ਖੁੱਲ੍ਹ ਕੇ ਕੋਈ ਸਾਹ ਲੈ ਸਕਦਾ, ਤਾਂ ਉਹ ਚੀਜ਼ ਸੀ ਜਿਹੜੀ ਉਹ ਕਿੱਸਾ ਕਾਵਿ ਸੀ, ਜਿਹਦੇ ਵੱਲ ਜ਼ਿਆਦਾਤਰ ਕੀ ਹੈ ਮੁਸਲਿਮ ਜਾਂ ਸੂਫੀ, ਜਿਹਦੇ ਵਿੱਚ ਜ਼ਿਆਦਾਤਰ ਕੀ ਹੈ ਪੰਜ ਪੀਰਾਂ ਦੀ ਗੱਲ ਵੀ ਹੁੰਦੀ ਹੈ, ਸੂਫੀਆਂ ਨਾਲ ਰਸਤਾ ਅਪਣਾਇਆ, ਭਾਵ ਕਿ ਕੱਟੜ ਮੁਸਲਮਾਨਾਂ ਤੋਂ ਹਟ ਕੇ, ਹੈ ਨਾ, ਤਾਂ ਉਹ ਇਹ ਲੋਕ ਸੀ ਜਿਨ੍ਹਾਂ ਨੂੰ ਜ਼ਬਰਦਸਤੀ ਧਰਮ ਸੀ ਜਿਹੜਾ ਉਹ ਅਪਣਾਇਆ ਅਪਣਾਉਣ ਲਈ ਕਿਹਾ ਗਿਆ। ਠੀਕ ਹੈ, ਹਾਂਜੀ ਦੱਸੋ ਬਈ, ਦੱਸੋ ਰਾਜੇ, ਸਮਝ ਲੱਗ ਗਿਆ, ਅੱਗੇ ਚੱਲੀਏ ਕਰੀਏ ਦਮੋਦਰ ਫਿਰ ਆਪਾਂ। ਹਾਂਜੀ, ਆਪਣਾ ਜਿਹੜਾ ਪਹਿਲਾ ਕਿੱਸਾ ਕਵੀ ਹੈ, ਪਹਿਲਾ ਜਿਹੜਾ ਆਪਣਾ ਕਿੱਸਾਕਾਰ ਆ ਉਹ ਹੈਗਾ ਦਮੋਦਰ। ਠੀਕ ਹੈ ਜੀ, ਪਹਿਲਾ ਜਿਹੜਾ ਸਾਡਾ ਪੰਜਾਬੀ ਦਾ ਕਿੱਸਾਕਾਰ ਆ ਦਮੋਦਰ ਹੈ, ਭਾਵੇਂ ਕਿ ਦਮੋਦਰ ਤੋਂ ਪਹਿਲਾਂ ਵੀ ਇਹ ਚੀਜ਼ ਮਤਲਬ ਕਿ ਆਈ ਹੈ ਕਿ ਪਹਿਲਾਂ ਵੀ ਮਤਲਬ ਕਿੱਸੇ ਸੀ ਜਿਹੜੇ ਲਿਖੇ ਜਾਂਦੇ ਹੋਣਗੇ, ਪਰ ਸਾਨੂੰ ਕਿਸੇ ਦੀ ਵੀ ਰਚਨਾ ਜਿਹੜੀ ਆ ਉਹ ਪ੍ਰਾਪਤ ਨਹੀਂ ਹੁੰਦੀ ਦਮੋਦਰ ਤੋਂ ਪਹਿਲਾਂ, ਹੈ ਨਾ। ਪਹਿਲਾ ਸਾਡਾ ਪੰਜਾਬੀ ਦਾ ਜਿਹੜਾ ਕਿੱਸਾਕਾਰ ਹੈ ਦਮੋਦਰ ਹੈ, ਭਾਵੇਂ ਕਿ ਦਮੋਦਰ ਤੋਂ ਪਹਿਲਾਂ ਵੀ ਸ਼ਾਹ ਹੁਸੈਨ ਨੇ, ਭਾਈ ਗੁਰਦਾਸ ਨੇ, ਠੀਕ ਹੈ, ਇਹਨਾਂ ਦੀਆਂ ਰਚਨਾਵਾਂ ਦੇ ਵਿੱਚ ਹੀਰ ਰਾਂਝੇ ਦੀ ਗੱਲ ਹੈ ਜਿਹੜੀ ਉਹ ਮਿਲਦੀ ਹੈ, ਪਰ ਮਤਲਬ ਸਾਨੂੰ ਹੀਰ ਦਾ ਕਿੱਸਾ ਇਹ ਉਹਨਾਂ ਦੀ ਰਚਨਾਵਾਂ ਤੋਂ ਪੜ੍ਹ ਕੇ ਤਾਂ ਇਹ ਪਤਾ ਲੱਗਦਾ ਵੀ ਹੀਰ ਦਾ ਕਿੱਸਾ ਜਿਹੜਾ ਪਹਿਲਾਂ ਵੀ ਰਚਿਆ ਜਾ ਚੁੱਕਾ ਸੀਗਾ, ਹੈ ਨਾ, ਪਰ ਸਾਨੂੰ ਕੋਈ ਹੋਰ ਰਚਨਾ ਜਿਹੜੀ ਉਹ ਨਹੀਂ ਮਿਲਦੀ ਦਮੋਦਰ ਤੋਂ ਪਹਿਲਾਂ। ਐਵੇਂ ਹੀ ਜਿਵੇਂ ਭਾਈ ਮੋਹਨ ਸਿੰਘ ਦੀਵਾਨਾ ਨੇ, ਹੈ ਨਾ, ਮੋਹਨ ਸਿੰਘ ਦੀਵਾਨਾ ਕਹਿੰਦੇ ਕਿ ਇੱਕ ਪੁਸ਼ਿਆ ਨਾਮ ਦਾ ਜਿਹੜਾ ਕਿੱਸਾਕਾਰ ਹੈ ਜਿਹੜਾ ਉਹ ਹੋਇਆ ਜਿਹਨੇ ਕਿ ਕਿੱਸਾ ਲਿਖਿਆ ਸੀ ਪਹਿਲਾਂ, ਪਰ ਸਾਨੂੰ ਉਹਦੀ ਕੋਈ ਰਚਨਾ ਜਿਹੜੀ ਉਹ ਸਾਡੇ ਤੱਕ ਨਹੀਂ ਪਹੁੰਚਦੀ, ਇਸ ਕਰਕੇ ਉਹ ਤੱਥ ਹੈ ਜਿਹੜਾ ਉਹ ਮੰਨਣ ਯੋਗ ਨਹੀਂ ਹੈਗਾ ਵੀ ਕੋਈ ਇਸ ਦਮੋਦਰ ਤੋਂ ਪਹਿਲਾਂ ਵੀ ਕੋਈ ਕਿੱਸਾਕਾਰ ਹੈ ਜਿਹੜਾ ਹੋਇਆ। ਪਰ ਦਮੋਦਰ ਦੀ ਰਚਨਾ ਦੀ ਪਕਿਆਈ ਨੂੰ ਵੇਖਦੇ ਹੋਏ ਤਾਂ ਇਹ ਮਤਲਬ ਕਿ ਅੰਦਾਜ਼ਾ ਇਹ ਲੱਗਦਾ ਵੀ ਜਿਹੜਾ ਦਮੋਦਰ ਆ ਪਹਿਲਾਂ ਕਿੱਸਾਕਾਰ ਨਹੀਂ, ਦਮੋਦਰ ਤੋਂ ਪਹਿਲਾਂ ਵੀ ਕਿੱਸੇ ਜਿਹੜੇ ਆ ਰਚੇ ਜਾਂਦੇ ਰਹੇ ਹੋਣਗੇ, ਹੋ ਸਕਦਾ ਕਿ ਉਹਨਾਂ ਦੇ ਕਿੱਸੇ ਜਾਂ ਪੂਰੇ ਨਹੀਂ ਮਿਲਦੇ ਹੋਣੇ ਜਾਂ ਸਾਂਭੇ ਨਹੀਂ ਗਏ ਹੋਣੇ ਜਾਂ ਹੋ ਸਕਦਾ ਲਿਖਤੀ ਰੂਪ ਵਿੱਚ ਨਾ ਹੋਣ, ਤਾਂ ਇਹ ਜਿਹੜੀਆਂ ਮਤਲਬ ਕਿ ਕਿਆਸ ਰਾਈਆਂ ਜਿਹੜੀਆਂ ਉਹ ਲਗਾਈਆਂ ਜਾਂਦੀਆਂ, ਕਿਉਂਕਿ ਦਮੋਦਰ ਦੀ ਰਚਨਾ ਜਿਹੜੀ ਹੈ ਮਤਲਬ ਕਿ ਦਮੋਦਰ ਦਾ ਕਿੱਸਾ ਜਿਹੜਾ ਉਹ ਪਕਿਆਈ ਦੇ ਵਿੱਚ ਮਤਲਬ ਇੰਨੀ ਵਧੀਆ ਢੰਗ ਨਾਲ ਪੇਸ਼ਕਾਰੀ ਉਹਦੀ ਕੀਤੀ ਹੈ, ਤਾਂ ਉੱਥੋਂ ਅੰਦਾਜ਼ਾ ਆਪਾਂ ਨੂੰ ਲੱਗਦਾ ਕਿ ਪਹਿਲਾਂ ਜਿਹੜਾ ਕਿੱਸਾ ਕਾਵਿ ਆ ਉਹ ਮਤਲਬ ਕਿ ਦਮੋਦਰ ਤੋਂ ਪਹਿਲਾਂ ਵੀ ਸ਼ੁਰੂਆਤ ਉਹਦੀ ਹੋ ਚੁੱਕੀ ਸੀ, ਪਰ ਸਾਨੂੰ ਰਚਨਾ ਦੇ ਰੂਪ ਦੇ ਵਿੱਚ ਉਹ ਚੀਜ਼ ਹੈ ਜਿਹੜੀ ਸਾਨੂੰ ਨਹੀਂ ਮਿਲਦੀ, ਇਸ ਦੀ ਵਜ੍ਹਾ ਕਰਕੇ ਕੀ ਆ ਆਪਾਂ ਉਸ ਚੀਜ਼ ਨੂੰ ਨਹੀਂ ਮੰਨ ਸਕਦੇ, ਅਤੇ ਦਮੋਦਰ ਹੀ ਜਿਹੜਾ ਆਪਣਾ ਪਹਿਲਾ ਕਿੱਸਾਕਾਰ ਆ ਜਿਹੜਾ ਪੰਜਾਬੀ ਦਾ ਉਹਨੂੰ ਮੰਨਦੇ ਹਾਂ। ਠੀਕ ਹੈ, ਦਮੋਦਰ ਹੈ ਜਿਹੜਾ ਉਹ ਆਪਣੇ ਕਿੱਸੇ ਦੇ ਵਿੱਚ ਆਪਣੇ ਬਾਰੇ ਜਾਣਕਾਰੀ ਜਿਹੜੀ ਉਹ ਖੁਦ ਦਿੰਦਾ ਸਾਨੂੰ। ਠੀਕ ਹੈ, ਉਹ ਆਪਣੇ ਕਿੱਸੇ ਦੇ ਵਿੱਚ ਵੀ ਸਾਨੂੰ ਵੈਸੇ ਉਹਦਾ ਜਨਮ ਨਾ ਕੋਈ ਮਤਲਬ ਕਿ ਕਿੱਥੋਂ ਕਿਵੇਂ, ਹੈ ਨਾ, ਸਾਰੀਆਂ ਚੀਜ਼ਾਂ ਇਹ ਜਿਹੜੀਆਂ ਸੀ ਸਾਨੂੰ ਨਹੀਂ ਮਿਲਦੀਆਂ, ਪਰ ਦਮੋਦਰ ਜਿਹੜਾ ਆਪਣੇ ਕਿੱਸੇ ਦੇ ਵਿੱਚ ਹੀ ਆਪਣੇ ਬਾਰੇ ਜਾਣਕਾਰੀ ਹੈ ਜਿਹੜੀ ਉਹ ਦੱਸਦਾ। ਉਹ ਪਿੰਡ ਵਲਾਰਾਂ ਦਾ ਰਹਿਣ ਵਾਲਾ ਸੀ, ਠੀਕ ਹੈ, ਅਰੋੜਾ ਸੀਗਾ, ਗੁਲਾਟੀ ਜਾਤ ਦਾ, ਠੀਕ ਹੈ, ਤਾਂ ਉਹ ਆਪਣੇ ਬਾਰੇ ਥੋੜ੍ਹੀ ਬਹੁਤੀ ਜਿਹੜੀ ਦੱਸਦਾ, ਜਿਵੇਂ ਕਹਿੰਦਾ ਲੈਣਾ ਦੇ ਵਿੱਚ, ਨੌ ਦਮੋਦਰ ਜਾਤ ਗੁਲਾਟੀ ਆਇਆ ਸਿੱਖ ਸਿਆਲੀ, ਆਪਣੇ ਮਨ ਵਿੱਚ ਮਸਲਤ ਕੀਤੀ ਬਹਿ ਕੇ ਇਥਾਹੀ ਜਾਲੀ, ਵੜਿਆ ਬੰਦ ਚੂਚਕ ਦੇ ਸ਼ਹਿਰੇ ਜਿੱਥੇ ਸਿਆਲ ਵਦਾਲੀ, ਦੇਖ ਦਮੋਦਰ ਖੁਸ਼ੀ ਹੋਈ ਉਸ ਵੇਖ ਉਹਨਾਂ ਦੀ ਚਾਲੀ, ਉੱਥੇ ਕੀਤਾ ਰਹਿਣ ਦਮੋਦਰ ਉਹ ਬਸਤ ਖੁਸ਼ੀ ਆਈ, ਆਖ ਦਮੋਦਰ ਹੋਇਆ ਦਿਲਾਸਾ ਤਾਂ ਹੱਟੀ ਉੱਥੇ ਪਾਈ, ਹੱਟੀ ਉੱਥੇ ਪਾਈ। ਦਮੋਦਰ ਕਹਿੰਦਾ ਵੀ ਨਾ ਉਹ ਦਮੋਦਰ ਜਾਤ ਗੁਲਾਟੀ, ਵੀ ਮੇਰਾ ਨਾਂ ਦਮੋਦਰ ਹੈ ਜਾਤ ਗੁਲਾਟੀ ਹੈ, ਚੂਚਕ ਦੇ ਕਹਿੰਦਾ ਪਿੰਡ ਦੇ ਵਿੱਚ ਰਹਿਣ ਗਿਆ, ਨਾ ਚੂਚਕ ਦੇ ਕਹਿਣ 'ਤੇ ਕਹਿੰਦਾ ਮੈਂ ਉੱਥੇ ਹੱਟੀ ਪਾਈ, ਤਾਂ ਉਹ ਇਸੇ ਕਰਕੇ ਆਪਣੀ ਰਚਨਾ ਦੇ ਵਿੱਚ ਹੋ ਸਕਦਾ ਵੀ ਉਹ ਮਤਲਬ ਕਿ ਉਹਦਾ ਵਿਸਾਹ ਸਿਰਜਣ ਦੀ ਯੋਗਤ ਹੋਵੇ ਜੀ, ਵੀ ਮੈਂ ਤਾਂ ਸਾਰੀਆਂ ਘਟਨਾਵਾਂ ਅੱਖੀ ਡਿੱਠੀਆਂ, ਅੱਖੀ ਵੇਖੀ, ਉਹ ਕਹਿੰਦਾ ਕਿ ਅੱਖੀ ਡਿੱਠਾ ਕਿੱਸਾ ਕੀਤਾ ਮੈਂ ਤਾਂ ਗੁਣੀ ਨਕਾਈ, ਹੈ ਨਾ, ਹਰ ਇੱਕ ਮਤਲਬ ਕਿ ਜ਼ਿਆਦਾਤਰ ਬੰਦ ਦੇ ਵਿੱਚ ਉਹ ਇਹੀ ਗੱਲ ਹੈ ਜਿਹੜੀ ਉਹ ਕਹਿੰਦਾ ਵੀ ਹਰ ਇੱਕ ਥਾਂ 'ਤੇ ਭਾਵੇਂ ਉਹ ਹੀਰ ਨੂੰ ਪਹਿਲਾਂ ਇਸ਼ਕ ਹੁੰਦਾ, ਚਾਹੇ ਉਹ ਕਚਹਿਰੀ ਕੋਰਟ ਕਚਹਿਰੀ, ਚਾਹੇ ਉਹ ਵਿਆਹ, ਸਾਰੀ ਹਰ ਇੱਕ ਥਾਂ ਦੇ ਉੱਪਰ ਜਿਹੜਾ ਦਮੋਦਰ ਹੈ ਉਹ ਕਹਿੰਦਾ ਵੀ ਮੈਂ ਅੱਖੀ ਡਿੱਠਾ, ਹਰ ਇੱਕ ਚੀਜ਼ ਉਹ ਕਹਿੰਦਾ ਵੀ ਅੱਖੀ ਵੇਖੀ ਹੈ ਮੈਂ, ਤਾਂ ਇੱਥੋਂ ਕਿਤੇ ਨਾ ਕਿਤੇ ਇਤਿਹਾਸਕਾਰ ਜਿਹੜੇ ਉਹ ਕਹਿੰਦੇ ਵੀ ਹਾਂ ਦਮੋਦਰ ਹੈ ਜਿਹੜਾ ਹੋ ਸਕਦਾ ਵੀ ਉਹਦੇ ਪਿੰਡ ਦੇ ਵਿੱਚ ਰਹਿੰਦਾ ਹੋਵੇ, ਉਹਦੀ ਹੱਟੀ ਹੋਵੇ, ਪਰ ਹੱਟੀ ਦੇ ਪਰ ਕਈ ਹੁਣ ਇਤਿਹਾਸਕਾਰ ਇਹ ਵੀ ਕਹਿੰਦੇ ਵੀ ਜੇ ਉਹ ਹੱਟੀ ਪਾਈ ਵੀ ਸੀ ਉਹਦੀ ਦੁਕਾਨਦਾਰੀ ਕਰਦਾ ਸੀ, ਤਾਂ ਫਿਰ ਉਹ ਦੁਕਾਨਦਾਰੀ ਕਾਹਦੀ ਕਰਦਾ ਸੀ ਜਦੋਂ ਮਤਲਬ ਕਿ ਵੇਖਦਾ ਤਾਂ ਹੀਰ ਨੂੰ ਹੀ ਰਹਿੰਦਾ ਸੀ ਵੀ ਹੀਰ ਦੀ ਹੁਣ ਕਿਹੜੀ ਹਰਕਤ ਆ, ਕੀ ਕਰਨਾ ਕੀ ਨਹੀਂ, ਹੈ ਨਾ, ਵੀ ਉਹ ਸਾਰੀਆਂ ਗੱਲਾਂ ਨੂੰ ਕਹਿੰਦਾ ਕਿ
ਅੱਖੀਂ ਡਿੱਠਾ ਕਿੱਸਾ ਕੀਤਾ ਤਾਂ ਹਰ ਇੱਕ ਮਤਲਬ ਕਿ ਬੰਦ ਦੇ ਵਿੱਚ ਹਰ ਇੱਕ ਘਟਨਾ ਦੇ ਵਿੱਚ ਉਹ ਇਹੀ ਗੱਲ ਹੈ ਜਿਹੜੀ ਵਾਰ ਵਾਰ ਦੁਹਰਾਉਂਦਾ। ਤਾਂ ਇੱਥੋਂ ਜਿਹੜੇ ਮਤਲਬ ਕਿ ਸਾਹਿਤਕਾਰ ਆ ਸੋਰੀ ਇਤਿਹਾਸਕਾਰ ਆ ਜਿਹੜੇ ਉਹ ਇਹ ਗੱਲ ਵੀ ਕਹਿੰਦੇ ਆ ਕਿ ਇੱਥੇ ਮਤਲਬ ਕਿ ਦਮੋਦਰ ਦੀ ਹੱਟੀ ਨਹੀਂ ਸੀਗੀ। ਤਾਂ ਜਿਹੜਾ ਲੀਜੈਂਡ ਆਫ ਪੰਜਾਬ ਦੇ ਵਿੱਚ ਹੈ ਨਾ ਰਿਚਰਡ ਟੈਂਪਲ ਜਿਹੜੇ ਆ ਉਹ ਕਹਿੰਦੇ ਕਹਿੰਦੇ ਕਿ ਪਟਵਾਰੀ ਸੀਗਾ ਵੀ ਚੂਚਕ ਦੇ ਪਿੰਡ ਦੇ ਵਿੱਚ ਪਟਵਾਰੀ ਸੀ ਦਮੋਦਰ ਜੀ, ਠੀਕ ਹੈ। ਇਸ ਕਰਕੇ ਉਹ ਕੀ ਹੈ ਸਾਰੀਆਂ ਘਟਨਾਵਾਂ ਨੂੰ ਮਤਲਬ ਕਿ ਵੇਖਦਾ। ਅਤੇ ਇੱਕ ਹੋਰ ਇਹਨੇ ਪ੍ਰਮਾਣ ਇਤਿਹਾਸਿਕ ਤੱਥ ਜਿਹੜਾ ਉਹ ਪੇਸ਼ ਕੀਤਾ, ਉਹ ਕਹਿੰਦਾ ਕਿ ਅਕਬਰ ਦੇ ਰਾਜ ਦੇ ਸਮੇਂ ਦੇ ਵਿੱਚ ਇਹ ਕਿੱਸਾ ਲਿਖਿਆ ਗਿਆ ਹੈ ਨਾ। ਆਪਣੇ ਕਿੱਸੇ ਦਾ ਸਮਾਂ ਵੀ ਉਹ ਕੀ ਹੈ 1529 ਸੰਮਤ ਦੱਸਦਾ, 1529 ਸੰਮਤ ਕਿੱਸੇ ਦੇ ਵਿੱਚ। ਤਾਂ ਹੁਣ ਸੰਮਤ ਕੀ ਹੁੰਦਾ? ਵਿਕਰਮੀ ਸੰਮਤ। ਪਹਿਲੀ ਗੱਲ ਤਾਂ ਮੈਂ ਤੁਹਾਨੂੰ ਇਹ ਚੀਜ਼ ਦੱਸ ਦਿੰਦੀ ਹਾਂ, ਵਿਕਰਮੀ ਸੰਮਤ ਜਿਹੜੀ ਹੁੰਦੀ ਹੈ ਰਾਜੇ ਆਪਣਾ ਜਿਹੜਾ ਐਕਚੁਅਲ ਸਾਲ ਹੁੰਦਾ ਉਸ ਤੋਂ 57 ਵਰੇ ਅੱਗੇ ਹੁੰਦੀ ਹੈ, 57 ਸਾਲ ਅੱਗੇ ਵਿਕਰਮੀ ਸੰਮਤ, ਠੀਕ ਹੈ। ਤਾਂ ਇਹਦੇ 'ਚ ਆਪਾਂ 57 ਜਦੋਂ ਆਪਾਂ ਉਹ ਕਰਦੇ ਹਾਂ ਤਾਂ ਸਾਡੇ ਕੋਲ ਕੀ ਰਹਿ ਜਾਂਦਾ, 1472 ਈਸਵੀ ਬਣਦੀ ਹੈ। ਤਾਂ 1472 ਈਸਵੀ ਦੇ ਲਗਭਗ ਜਿਹੜਾ ਕਿੱਸਾ ਜਿਹੜਾ ਉਹ ਲਿਖਦਾ ਹੈ ਨਾ, ਆਪਣੇ ਕਿੱਸੇ ਵਿੱਚ ਹੀ ਉਹ ਜਾਣਕਾਰੀ ਦਿੰਦਾ। 1529 ਬਿਕਰਮੀ ਸੰਮਤ ਰਾਏ ਹੀਰ ਅਤੇ ਰਾਂਝਾ ਹੋਏ ਇਕੱਠੇ ਝੇੜੇ ਰੱਬ ਚੁਕਾਏ, ਹੈ ਨਾ। ਇਹ ਗੱਲ ਕਹਿੰਦਾ ਉਹ ਵੀ 1529 ਈਸਵੀ 1529 ਬਿਕਰਮ ਸੰਮਤ ਨੂੰ ਕੀ ਹੈ ਹੀਰ ਅਤੇ ਰਾਂਝਾ ਕੀ ਹੈ ਮਿਲਦੇ ਆ, 1472 ਜਿਹੜਾ ਉਹ ਬਣਦਾ ਹੈ ਨਾ। ਪਰ ਇੱਥੇ ਬਾਬਾ ਬੁੱਧ ਸਿੰਘ ਜਿਹੜੇ ਆ ਉਹ ਕਹਿੰਦੇ ਕਿ ਜਿਹੜਾ 1472 ਹੈ ਮਤਲਬ ਕਿ ਉੱਥੇ ਤਾਂ ਫਿਰ ਅਕਬਰ ਦਾ ਰਾਜ ਹੈ ਜਿਹੜਾ ਉਹ ਚੀਜ਼ਾਂ ਨਹੀਂ ਮਤਲਬ ਕਿ ਸ਼ੋਅ ਹੁੰਦੀਆਂ ਨਾ। ਤਾਂ ਉਹ ਕਹਿੰਦੇ ਕਹਿੰਦੇ ਵੀ ਇੱਥੇ 1529 ਨਹੀਂ ਵੀ ਇੱਥੇ 1629 ਹੈ ਜਿਹੜਾ ਸਮਾਂ, ਹੋ ਇਹ 1629 ਹੋ ਸਕਦਾ ਵੀ ਹੋ ਸਕਦਾ ਉਤਾਰੇ ਦੇ ਵਿੱਚ 1529 ਜਿਹੜੀ ਮਿਤੀ ਹੈ ਜਿਹੜੀ ਤਰੀਕ ਹੈ ਜਿਹੜੀ ਉਹ ਲਿਖੀ ਗਈ ਹੋਵੇ, ਹੈ ਨਾ। ਵੀ ਇਹ 100 ਸਾਲ ਦਾ ਜਿਹੜਾ ਸਮਾਂ ਹੈ ਜਿਹੜਾ ਮਤਲਬ ਕਿ 1629 ਜਿਹੜਾ ਸਮਾਂ ਹੈ ਉਹ ਬਣਦਾ, ਕਿਉਂਕਿ ਉਸ ਹਿਸਾਬ ਨਾਲ ਫਿਰ ਕੀ ਹੈ 1572 ਜਿਹੜਾ ਸਮਾਂ 1572 ਦਾ ਵੀ 1572 ਦਾ ਸਮਾਂ ਜਿਹੜਾ ਉਹ ਸਹੀ ਬਣਦਾ। ਤਾਂ ਉਹਨਾਂ ਨੇ ਇਹ ਗੱਲ ਕਹੀ ਵੀ 1605 ਦੇ ਵਿੱਚ ਜਾਂ 1612-13 ਦੇ ਵਿੱਚ ਹੀਰ ਦਾ ਕਿੱਸਾ ਜਿਹੜਾ ਉਹ ਸੰਪੂਰਨ ਕਰਨ ਦੀ ਗੱਲ ਉਹ ਆਖਦੇ ਆ, ਹੈ ਨਾ, ਵੀ ਇੱਥੇ ਤੱਕ ਜਿਹੜਾ ਹੀਰ ਦਾ ਕਿੱਸਾ ਜਿਹੜਾ ਉਹ ਸੰਪੂਰਨ ਹੁੰਦਾ। ਹੀਰ ਦਾ ਕਿੱਸਾ ਜਿਹੜਾ ਹੈ ਉਹਨੂੰ ਸਭ ਤੋਂ ਪਹਿਲਾਂ ਪੰਜਾਬੀ ਦੇ ਵਿੱਚ ਲੈ ਕੇ ਕੌਣ ਆਇਆ, 1529 ਵਿਕਰਮੀ ਸੰਮਤ 1472 ਦੇ ਵਿੱਚ ਹੀਰ ਦਾ ਕਿੱਸਾ ਜਿਹੜਾ ਉਹ ਲਿਖਦਾ ਹੈ, ਜਿਹਦੇ 960 ਬੰਦ ਹੈ। ਸਭ ਤੋਂ ਪਹਿਲਾਂ ਇਹਨੂੰ ਮਤਲਬ ਕਿ ਪ੍ਰਕਾਸ਼ਿਤ ਕੌਣ ਕਿਹਨੇ ਕਰਵਾਇਆ, 1927 ਦੇ ਵਿੱਚ ਬਾਬਾ ਗੰਗਾ ਸਿੰਘ ਬੇਦੀ ਨੇ, ਗੰਗਾ ਸਿੰਘ ਬੇਦੀ। ਬਾਬਾ ਗੰਗਾ ਸਿੰਘ ਬੇਦੀ ਨੇ ਕੀ ਹੈ ਪ੍ਰਕਾਸ਼ਿਤ ਕਰਵਾਇਆ ਸੀਗਾ, ਠੀਕ ਹੈ ਜੀ। ਅਤੇ ਉਹ 961 ਬੰਦ ਹੈ ਜਿਹੜੇ ਮੰਨਦੇ ਆ, ਵਜ਼ੀਰ ਹਿੰਦ ਪ੍ਰੈਸ ਜਿਹੜੀ ਇਹਨੂੰ ਪ੍ਰਕਾਸ਼ਿਤ ਕਰਦੀ ਹੈ ਅਤੇ 961 ਬੰਦ ਹੈ ਜਿਹੜੇ ਉਹ ਕਹਿੰਦੇ ਵੀ ਇਹਦੇ ਹੈਗੇ ਆ, ਠੀਕ ਹੈ। ਬਾਬਾ ਬੁੱਧ ਸਿੰਘ ਇਹਦੇ 990 ਬੰਦ ਮੰਨਦੇ ਆ। ਬਾਬਾ ਬੁੱਧ ਸਿੰਘ 990 ਬੰਦ ਮੰਨਦੇ ਜੀ, ਠੀਕ ਹੈ। ਵੈਸੇ ਇਹਦੇ 960 ਬੰਦ ਹੈ ਅਤੇ ਜਿਹੜੇ ਆਪਣੇ ਬਾਬਾ ਗੰਗਾ ਸਿੰਘ ਬੇਦੀ ਹੈ ਜਿਹੜੇ ਉਹ 960 ਅਤੇ ਜਿਹੜੇ ਬਾਬਾ ਬੁੱਧ ਸਿੰਘ ਹੈ 990 ਬੰਦ ਹੈ ਜਿਹੜੇ ਉਹ ਇਹਦੇ ਮੰਨਦੇ ਆ ਜੀ, ਠੀਕ ਹੈ। ਕਿੱਸੇ ਦਾ ਜਿਹੜਾ ਅੰਤ ਹੈ ਰਾਜੇ ਉਹ ਸੁਖਾਂਤਕ ਆ, ਪਹਿਲਾ ਹੀ ਕਿੱਸਾ ਹੈ ਅਤੇ ਪਹਿਲਾ ਹੀ ਕੀ ਹੈ ਸੁਖਾਂਤਕ ਆ, ਕਿਉਂਕਿ ਸਾਡੇ ਇੱਥੇ ਜਿਹੜੀ ਪਰੰਪਰਾ ਸੀਗੀ ਸਾਡੀ ਜਿਹੜੀ ਭਾਰਤੀ ਪਰੰਪਰਾ, ਭਾਰਤੀ ਪਰੰਪਰਾ ਦੇ ਵਿੱਚ ਜਿਹੜਾ ਅੰਤ ਹੈ ਉਹ ਹਮੇਸ਼ਾ ਸੁਖਾਂਤਕ ਆ। ਤਾਂ ਉਸ ਪਰੰਪਰਾ ਨੂੰ ਫੋਲੋ ਕਰਦਾ ਹੋਇਆ ਦਮੋਦਰ ਹੈ ਜਿਹੜਾ ਆਪਣੇ ਕਿੱਸੇ ਦਾ ਅੰਤ ਹੈ ਜਿਹੜਾ ਉਹ ਸੁਖਾਂਤਕ ਕਰਦਾ, ਠੀਕ ਹੈ ਜੀ। ਸਭ ਤੋਂ ਪਹਿਲਾਂ ਕੀ ਹੈ ਮੰਗਲਾਚਰਨ ਤੋਂ ਸ਼ੁਰੂਆਤ ਹੁੰਦੀ ਹੈ। ਸੋ ਮੈਂ ਕੱਲ੍ਹ ਵੀ ਦੱਸਿਆ ਸੀ ਕਿ ਕਿੱਸੇ ਦੇ ਵਿੱਚ ਪਹਿਲਾਂ ਕੀ ਹੁੰਦਾ ਮੰਗਲਾਚਰਨ। ਤਾਂ ਇਹਦਾ ਮੰਗਲਾਚਰਨ ਕੀ ਆ, ਅਵਲ ਨਾਮ ਸਾਹਿਬ ਦਾ ਲਈਏ, ਅਵਲ ਨਾਮ ਸਾਹਿਬ ਦਾ ਲਈਏ।
ਇਹਨੇ ਸਾਹਿਬ ਸ਼ਬਦ ਰੱਬ ਸਾਹਿਬ ਜਿਹੜਾ ਹੈ ਮਤਲਬ ਕਿ ਰੱਬ ਨੂੰ ਸਾਹਿਬ ਦੀ ਸੰਗਿਆ ਜਿਹੜੀ ਉਹ ਦਿੱਤੀ ਹੈ ਠੀਕ ਹੈ ਅਵਲ ਨਾਮ ਸਾਹਿਬ ਦਾ ਲਈਏ ਇੱਥੋਂ ਕੀ ਹੈ ਕਿਸੇ ਦੀ ਜਿਹੜੀ ਹੈ ਸ਼ੁਰੂਆਤ ਕਰਦੇ ਆ ਠੀਕ ਹੈ ਜੀ ਭਾਸ਼ਾ ਜਿਹੜੀ ਹੈ ਲਹਿੰਦੀ ਭਾਸ਼ਾ ਦੀ ਉਪਬੋਲੀ ਲਹਿੰਦੀ ਭਾਸ਼ਾ ਦੀ ਉਪਬੋਲੀ ਝਾਂਗੀ ਦੀ ਵਰਤੋਂ ਹੈ ਜਿਹੜੀ ਉਹ ਕੀਤੀ ਆ ਭਾਸ਼ਾ ਜਿਹੜੀ ਹੈ ਕਿਸੇ ਦੀ ਲਹਿੰਦੀ ਭਾਸ਼ਾ ਦੀ ਉਪਬੋਲੀ ਝਾਂਗੀ ਦੀ ਵਰਤੋਂ ਹੈ ਜਿਹੜੀ ਉਹ ਕਰਦੇ ਆ ਜੀ ਠੀਕ ਹੈ ਤੇ ਜਿਹੜਾ ਇਹਦਾ ਕਿੱਸਾ ਹੈ ਵਾਰ ਵਾਰ ਕੀ ਹੈ ਰਾਜੇ ਅਕਬਰ ਦਾ ਜਿਹੜਾ ਜ਼ਿਕਰ ਹੈ ਜਿਹੜਾ ਉਹ ਕੀਤਾ ਗਿਆ ਇਹਨੇ ਮਤਲਬ ਕਿ ਰਾਜਾ ਅਕਬਰ ਬਾਦਸ਼ਾਹੀ ਜੋ ਅਕਬਰ ਸੰਧੀ ਦਿਨ ਦਿਨ ਤੇਜ਼ ਸਵਾਈ ਹੈ ਨਾ ਇਹ ਕਹਿੰਦਾ ਵੀ ਦਿਨ ਦਿਨ ਤੇਜ਼ ਸਵਾਈ ਭਾਵ ਕਿ ਉਹਦੇ ਦਿਨੋਂ ਦਿਨ ਚੜ੍ਹਾਈ ਜਿਹੜੀ ਉਹ ਹੁੰਦੀ ਰਹੀ ਹੈ ਨਾ ਅਕਬਰ ਦੀ ਗੱਲ ਕਰਦਾ ਅਤੇ ਕਿਤੇ ਵੀ ਜਹਾਂਗੀਰ ਦੀ ਗੱਲ ਹੈ ਜਿਹੜੀ ਉਹ ਨਹੀਂ ਕਰਦਾ ਤਾਂ ਇੱਥੋਂ ਆਪਾਂ ਇਹ ਮੰਨ ਸਕਦੇ ਹਾਂ ਕਿ ਜਾਂ ਤਾਂ ਇਹਨੇ ਕਿੱਸਾ ਜਿਹੜਾ ਉਦੋਂ ਲਿਖਿਆ ਹੋਊਗਾ ਕਿ ਅਕਬਰ ਦੇ ਰਾਜ ਦਾ ਅੰਤ ਜਿਹੜਾ ਸੀ ਜਦੋਂ ਅੰਤਲਾ ਸਮਾਂ ਸੀ ਹੈ ਨਾ ਜਦੋਂ ਪੂਰੀ ਉਹ ਤੇਜ਼ ਚੜ੍ਹਾਈ ਦੇ ਵਿੱਚ ਸੀ ਉਦੋਂ ਇਹਨੇ ਕਿੱਸਾ ਲਿਖਿਆ ਅਤੇ ਜਹਾਂਗੀਰ ਦੀ ਸ਼ੁਰੂਆਤ ਦੇ ਸਮੇਂ ਹੈ ਨਾ ਪਰ ਜਹਾਂਗੀਰ ਦਾ ਜ਼ਿਕਰ ਹੈ ਜਿਹੜਾ ਉਹਦੀ ਰਚਨਾ ਦੇ ਵਿੱਚ ਕਿਤੇ ਵੀ ਸਾਨੂੰ ਵੇਖਣ ਨੂੰ ਹੈ ਜਿਹੜਾ ਰਾਜੇ ਨਹੀਂ ਮਿਲਦਾ ਠੀਕ ਹੈ ਜੀ ਇਹ ਵੀ ਆਪਣੇ ਕਿੱਸੇ ਦੇ ਵਿੱਚ ਕਹਿੰਦਾ ਹੁਣ ਕਈ ਜਿਹੜੀਆਂ ਚੀਜ਼ਾਂ ਨੇਗੀਆਂ ਇਹਦੇ ਕਿੱਸੇ ਦੇ ਵਿੱਚ ਸਾਨੂੰ ਮਤਲਬ ਕਿ ਹੋ ਨਹੀਂ ਹੁੰਦੀਆਂ ਹਜ਼ਮ ਨਹੀਂ ਹੁੰਦੀ ਇੱਕ ਆਧੁਨਿਕ ਪਾਠਕ ਦੇ ਤੌਰ 'ਤੇ ਜਿਵੇਂ ਇਹ ਕਹਿੰਦਾ ਕਿ 12 ਵਰਿਆਂ ਦੀ ਸ਼ੋਰ ਹੋਈ ਤਾਂ ਰਾਂਝੇ ਅੱਖੀਆਂ ਲਾਈਆਂ ਹੀਰ ਦੀ ਗੱਲ ਕਰਦਾ ਕਿ 12 ਵਰਿਆਂ ਦੀ ਸ਼ੋਰ ਹੋਈ 12 ਵਰਿਆਂ ਦੀ ਉਮਰ ਦੇ ਆਪਾਂ ਕੀ ਮੰਨਦੇ ਹਾਂ ਕਿ ਬੱਚਾ 12 ਵਰਿਆਂ ਦੀ ਤਾਂ ਇਹ ਜਿਹੜਾ ਮੱਧਕਾਲੀ ਸਾਹਿਤ ਦੇ ਵਿੱਚ ਇਹ ਚੀਜ਼ ਹੈ ਜਿਹੜੀ ਮਤਲਬ ਕਿ ਸਹੀ ਢੁਕਦੀ ਆ ਪਰ ਆਧੁਨਿਕ ਸਮੇਂ ਦੇ ਵਿੱਚ ਕੀ ਹੈ ਸਾਨੂੰ ਮਤਲਬ ਕਿ ਸਹੀ ਨਹੀਂ ਲੱਗਦੀ ਇਹ ਚੀਜ਼ ਹੈ ਨਾ ਸਾਡੇ ਗੀਤਾਂ ਦੇ ਵਿੱਚ ਵੀ ਤੁਸੀਂ ਦੇਖ ਲਓ ਵੀ 16 ਸਾਲ ਦੀ ਉਮਰ ਦਾ ਜ਼ਿਕਰ ਹੈ ਜਿਹੜਾ ਉਹ ਕੀਤਾ ਗਿਆ ਤਾਂ 12 ਸਾਲ ਕੀ ਹੈ ਉਸ ਤੋਂ 4 ਸਾਲ ਛੋਟੀ ਆ 4 ਸਾਲ ਘੱਟ ਆ ਹੈ ਨਾ ਅਤੇ ਦੂਸਰੀ ਚੀਜ਼ ਇਹ ਕਿ ਸਾਰੇ ਕਿੱਸੇ ਦੇ ਵਿੱਚ ਕੀ ਹੈ ਹੀਰ ਬਾਰੇ ਵੇਰਵੇ ਵੀ ਦਿੰਦਾ ਉਹਦੀ ਖੂਬਸੂਰਤੀ ਬਾਰੇ ਵੀ ਦੱਸਦਾ ਪਰ ਜਦੋਂ ਮਤਲਬ ਕਿ ਲੜਾਈ ਕਰ ਹੁੰਦੀ ਹੈ ਨਾ ਨੂਰੇ ਚੰਦਰ ਨਾਲ ਤਾਂ ਉੱਥੇ ਕੀ ਹੈ ਹੀਰ ਨੂੰ ਬਹੁਤ ਹੀ ਮਰਦਾਨੀ ਬਹਾਦਰੀ ਦਿਖਾਇਆ ਗਿਆ ਪਰ ਉਹਦੀ ਸ਼ਾਸਤਰ ਵਿੱਦਿਆ ਦੀ ਗੱਲ ਜਿਹੜੀ ਉਹ ਕਿਤੇ ਵੀ ਨਹੀਂ ਕਰਦਾ ਤਾਂ ਇਹ ਚੀਜ਼ ਵੀ ਇਹ ਹੋ ਸਕਦਾ ਕਿ ਲੇਖਕ ਨੇ ਕੀ ਹੈ ਕਿੱਸਾਕਾਰ ਨੇ ਕੀ ਹੈ ਖੁਦ ਆਪਣੇ ਵੱਲੋਂ ਪਾਈ ਹੋਈ ਹੈ ਚੀਜ਼ ਹੈ ਨਾ ਜਿਹੜੀ ਕਿ ਆਧੁਨਿਕ ਪਾਠਕ ਨੂੰ ਮਤਲਬ ਕਿਤੇ ਨਾ ਕਿਤੇ ਅਚੰਭਿਤ ਕਰਦੀ ਹੈ ਵੀ ਇਸ ਤਰ੍ਹਾਂ ਕਿਵੇਂ ਹੋ ਸਕਦਾ ਇੱਕ ਪਾਸੇ ਤਾਂ ਉਹਨੂੰ ਬਹੁਤ ਜ਼ਿਆਦਾ ਖੂਬਸੂਰਤ ਵਿਖਾਇਆ ਗਿਆ ਦੂਸਰੇ ਪਾਸੇ ਕੀ ਆ ਉਹਨੂੰ ਇੰਨਾ ਮਰਦਾਵੀ ਵੀ ਵਿਖਾਇਆ ਗਿਆ ਕਿ ਉਹ ਲੜਾਈ ਯੁੱਧ ਦੇ ਲੜਾਈ ਲੜਨ ਦੇ ਵਿੱਚ ਵੀ ਕੀ ਆ ਉਹ ਮਾਹਰ ਵਿਖਾਈ ਗਈ ਹੈ ਠੀਕ ਹੈ ਤਾਂ ਇਹ ਆਧੁਨਿਕ ਪਾਠਕ ਹੈ ਜਿਹੜਾ ਉਹਦੇ ਲਈ ਮਤਲਬ ਕਿ ਹਜ਼ਮਯੋਗ ਗੱਲ ਹੈ ਜਿਹੜੀ ਨਹੀਂ ਹੈਗੀ ਠੀਕ ਹੈ ਜੀ ਤਾਂ ਦੂਸਰੇ ਪਾਸੇ ਰਾਂਝੇ ਦੀ ਮਤਲਬ ਕਿ ਉਹ ਵੀ ਕਰਦਾ ਇਹ ਰਾਂਝੇ ਨੂੰ ਵੀ ਬਹੁਤ ਸੋਹਣਾ ਵਿਖਾਉਂਦਾ ਹੈ ਨਾ ਵੀ ਕਈ ਥਾਵਾਂ 'ਤੇ ਮਤਲਬ ਕਿ ਰਾਂਝੇ ਨੂੰ ਕੀ ਹੈ ਸੁੰਦਰ ਕਰਾਮਾਤੀ ਵਿਖਾਇਆ ਗਿਆ ਹੈ ਨਾ ਉਹਨੂੰ ਮਤਲਬ ਕਿ ਵਿਖਾਇਆ ਗਿਆ ਕਿ ਉਹਦੀਆਂ ਭਰਜਾਈਆਂ ਸੀ ਜਿਹੜੀਆਂ ਉਹ ਵੀ ਉਹਦੇ ਸੁੰਦਰਤਾ 'ਤੇ ਕੀ ਸੀਗੀਆਂ ਮੋਹਿਤ ਸੀਗੀਆਂ ਸਭ ਜਿਵੇਂ ਉਹ ਕਹਿੰਦਾ ਕਿ ਸਭ ਭਰਜਾਈਆਂ ਆਸ਼ਕ ਤਿਸ 'ਤੇ ਬਿਨ ਵੇਖੇ ਖਾਵਣ ਨਾਹੀਂ ਵੀ ਉਹਨੂੰ ਬਿਨਾਂ ਵੇਖੇ ਖਾਣਾ ਨਹੀਂ ਸੀ ਖਾਂਦੀਆਂ ਤਾਂ ਇਹ ਚੀਜ਼ ਵੀ ਕੀ ਹੈ ਦਮੋਦਰ ਆਪਣੇ ਕਿੱਸੇ ਦੇ ਵਿੱਚ ਕਹਿੰਦਾ ਦੂਸਰੀ ਥਾਂ 'ਤੇ ਉਹਨੇ ਕੀ ਹੈ ਉਹਦਾ ਜਿਹੜਾ ਮਤਲਬ ਕਿ ਉਹਦੇ ਰੂਪ ਦੀ ਤਾਰੀਫ ਜਿਹੜੀ ਉਹ ਕਦੋਂ ਕੀਤੀ ਹੈ ਜਦੋਂ ਰਾਂਝਾ ਕੀ ਹੈ ਮਸੀਤ ਦੇ ਵਿੱਚ ਜਾਂਦਾ ਰਾਂਝਾ ਮਸੀਤ ਦੇ ਵਿੱਚ ਜਦੋਂ ਜਾਂਦਾ ਤਾਂ ਉੱਥੇ ਪਹਿਲਾਂ ਇੱਕ ਝਿਉਰ ਕੁੜੀ ਜਿਹੜੀ ਉਹਦੇ 'ਤੇ ਮੋਹਿਤ ਹੋ ਜਾਂਦੀ ਹੈ ਫਿਰ ਉਹਦੀ ਮਾਂ ਕਹਿੰਦੀ ਹੈ ਵੀ ਜੇ ਉਮਰ ਤੋਂ ਥੋੜ੍ਹਾ ਵੱਡਾ ਹੁੰਦਾ ਤਾਂ ਮੈਂ ਇਹਦੇ ਨਾਲ ਵਿਆਹ ਕਰਵਾ ਲੈਂਦੀ ਹੈ ਨਾ ਜਿੱਥੇ ਉਹ ਕਹਿੰਦਾ ਕਿ ਹੈ ਜੇ ਚੁੱਖ ਵਡੇਰਾ ਹੋਵੇ ਮੈਂ ਆਪ ਨਿਗਾਹ ਬਣਾਈ ਵੀ ਮੈਂ ਆਪ ਜਿਹੜਾ ਵਿਆਹ ਇਹਦੇ ਨਾਲ ਕਰਵਾ ਲੈਂਦੀ ਹੈ ਨਾ ਤਾਂ ਇੱਥੇ ਕੀ ਹੈ ਲੇਖਕ ਨੇ ਹਾਸਰਾ 100 ਸਵਾਦ ਲਈ ਕੀ ਹੈ ਕੁਝ ਗੱਲਾਂ ਜਿਹੜੀਆਂ ਉਹ ਪਾਈਆਂ ਨੇ ਦੂਸਰੀ ਚੀਜ਼ ਇਹ ਹੈ ਕਿ ਸਾਡੇ ਸਮਾਜ ਦਾ ਜਿਹੜਾ ਪੇਸ਼ਕਾਰੀ ਆ ਸਾਡੇ ਸਮਾਜ ਦਾ ਜਿਹੜਾ ਚਿੱਤਰਨ ਆ ਉਹ ਵੀ ਲੇਖਕ ਨੇ ਬਾਖੂਬੀ ਪੇਸ਼ ਕੀਤਾ ਸਾਡੇ ਸੱਭਿਆਚਾਰ ਨੂੰ ਸਾਡੇ ਕਲਚਰ ਨੂੰ ਹੈ ਨਾ ਅਤੇ ਇਸਤਰੀ ਦੀ ਸਥਿਤੀ ਜਿਹੜੀ ਆ ਉਹ ਵੀ ਇਸ ਕਿੱਸੇ ਦੇ ਵਿੱਚ ਵਧੀਆ ਪੇਸ਼ ਮਤਲਬ ਕਿ ਕਿਸ ਢੰਗ ਦੀ ਸੀ ਉਹ ਚੀਜ਼ ਨੂੰ ਵੀ ਪੇਸ਼ ਕੀਤਾ ਗਿਆ ਹੁਣ ਜਿਵੇਂ ਆਪਾਂ ਕਿੱਸੇ ਦੇ ਵਿੱਚ ਦੇਖਦੇ ਹਾਂ ਕਿ ਦਮੋਦਰ ਦੇ ਕਿੱਸੇ ਦੇ ਵਿੱਚ ਜਿਹੜਾ ਹੀਰ ਦਾ ਪਿਓ ਚੂਚਕ ਆ 84 ਪਿੰਡਾਂ ਦਾ ਸਰਦਾਰ ਹੈ ਨਾ 84 ਪਿੰਡਾਂ ਦਾ ਸਰਦਾਰ ਹੈ ਪਰ ਫਿਰ ਵੀ ਉਹ ਕੀ ਹੈ ਆਪਣੇ ਮਨ ਦੇ ਵਿੱਚ ਉਹਦੇ ਕੀ ਹੈ ਟੈਨਸ਼ਨ ਆ ਹੀਰ ਦੇ ਵਿਆਹ ਦੀ ਟੈਨਸ਼ਨ ਆ ਹੈ ਨਾ ਹੀਰ ਦੇ ਵਿਆਹ ਦੇ ਲਈ ਕੀ ਹੈ ਉਹ ਮਤਲਬ ਕਿ ਅਮੀਰ ਖਾਨਦਾਨ ਹੈ ਜਿਹੜਾ ਉਹ ਲੱਭਦਾ ਹੈ ਨਾ ਉਹਦੀ ਫਿਰ ਵੀ ਕੀ ਉਹਨੂੰ ਬਹੁਤ ਜ਼ਿਆਦਾ ਚਿੰਤਾ ਭਾਵੇਂ ਕਿ 84 ਪਿੰਡਾਂ ਦਾ ਸਰਦਾਰ ਸੀ ਠੀਕ ਹੈ ਅਤੇ ਖੇੜੇ ਸਰਦਾਰ ਦੇ ਅਲੀ ਅੱਗੇ ਕੀ ਹੈ ਝੁਕਦਾ ਉਹ ਸਿਰ ਝੁਕਾਉਂਦਾ ਆਪਣੀ ਹੀਰ ਦੇ ਖਾਤਰ
है ना, वह कहता जिमें हूँ किस्से दिया लाइना ने कि आखिर माल पराया यो रखिया बनती ना ही, है ना, भी रखिया जोड़ा वो नहीं आप रख नहीं सकते भी पराया माल आ। तो ये चीज़ जी उदों के समाज की पेशकारी करती है कि उस समय समाज के इसी की हालत से जोड़ी वो किस तरीके की सी। एवें जो कैदो की जी गलबात होंगी है तो कैदो के संवाद तो भी पता लगता कि सुनो सियालो धियाँ वालो धियाँ मूल ना रखो हिके तो धियाँ नहीं जुड़ाओ हिके सिर कहया हो, है ना। इतने भी वह कहना भी सुनो सियालो धियाँ वालो भी धियाँ वालो धियाँ ना रखो भाव कि धियाँ रखना जा जमना कहने भी वह मतलब कि उस समय दे संदर्भ दे चंगा नहीं सी। तो इतने स्त्री की स्थिति जी आप वेख सकते हैं कि किस्से के थ्रू आप पता लगता कि इन्नी ज़्यादा चंगी है जी वह नहीं सी। ठीक है जी। तो दूसरी चीज़ होर ये भी आप देखते हैं कि जो दमोदर आ राजे वो एक हिंदू किस्साकार आ, दमोदर है जो हिंदू किस्साकार है ना, हिंदू धर्म नाल जुड़िया हुआ। तो किस्से दे विच तुलना रांझे कृष्ण के नाल तुलना करता, कृष्ण कई बार कृष्ण नाल तुलना करता जी रांझे की, है ना। तो जड़िया मईया है गाय गावं है उन्होंने की है गोपियां नाल मतलब कि उन्होंने तुलना करता, रांझे नूं बंजली फड़ा दिंदा। ठीक है, क्योंकि उत्थे की है वह हिंदू धर्म की गल कर रहा, वो अपने धर्म की गल कर रहा। जिमें वो एक लैणा दे विच कहिंदा कि चढ़ती ती दो बंजली जद वाही कहियां कहियां सुरां उठाइया आख दमोदर कीकण तीरन गोपियां कृष्ण बुलाइया। गोपियां कृष्ण बुलाइया भाव कि अपने मईयां नूं मतलब कि बंजली दे नाल बुलाउंदा। तां उत्थे की लेखक की कर रहा, उत्थे लेखक की है हिंदू धर्म की जिहड़ी पेशकारी है वह करदा, पर इत्थे की है मतलब कला हिंदू धर्म की पेशकारी नहीं वह करता। एक थां ते हीर दे मूहों की है वह रांझे नूं पीर भी कहा दिंदा, सर्व सांझीवालता की गल करता, सर्व धर्म निरपक्षता की गल करता। इस करके जिहड़ा इहदा जिहड़ा किस्सा है वह मतलब वो तो कोई बहुते किंतु परंतु नहीं होंदे, इस किस्से नूं ही बाकी किस्साकारां ने भी मतलब कि इस कहानी नूं आधार बनाउंदे आ, इस करके बनाउंदे आ क्योंकि यह नाल तां कृष्ण की गल भी करता है तो पीर की गल भी करता। हीर दे मूहों की है पीर अखवाउंदा रांझे नूं। ठीक है, जिमें वह कहती है कि लद्दा पीर चिरोका माए तुदनों गल सुनाए दिल ला के गल सुनी है साडी मन्नण जोगी आही दावा छोड़ हलीम थियासे तैनू कह के समझाई आख विकाणी दमा वाजों लद्दा पीर साही। ठीक है, उत्थे की है वह पीर कहती है, प्रेमी पीर कहती है रांझे नूं। ठीक है, तो यहाँ जो दृष्टिकोण है दमोदर का धर्म निरपक्षता वाला दृष्टिकोण है। रांझे का जो दृष्टिकोण है वह धर्म निरपक्षता वाला दृष्टिकोण। ठीक है जी, तो रांझे ही की है रांझे ने जोड़े सॉरी दमोदर ने जोड़े हीर के नए नक्श बनाए से जो भी हीर की कहानी घड़ी सी है ना उस चीज़ को आधार बना के बाकी जोड़े किस्साकार आ साढ़े चाहे वह वारशाह ही होवे चाहे मुकबल हो गया है ना, इन्होंने भी किया हीर का किस्सा जो लिखा तो इस कहानी का बहुत सारिया जड़िया मतलब कि कथावान ने ज्यों की त्यों उवें रख लिया, उवें घटनावान जड़िया ज्यों की त्यों रख लिया। जिस तरह के जिमें कि वह कहें कि रांझे का जोगी बनना है ना, विह वे दाज लैके हीर के सहरे घर जाना, कैदों का चूरी को सबूत वजो लिया, हीर वालों रांझे नूं मज्जां दी रखवाली लई नौकर रखना, ये घटनावां की है ज्यों दी त्यों। बाकी की है दोवां दी एकमिकता जिहड़ी आ, दोवां दी एकमिकता जिहड़ी आ हीर ते रांझे दी वो चीज़ भी की है सेम ही दमोदर वाली अगले किस्साकार जिहड़े आ वह पेश करदे आ। ठीक है जी, आपां थोड़ा जिहा इहदे किस्से दे जिहड़े मतलब कि मेन पॉइंट आ वह आपां लिख लैंदे आ। ये किहड़ी शैली की वरतों की गई है, प्रश्नोत्तरी शैली की वरतों की गई है, सूत्रिक शैली, दो शैलियों के किस्सा लिखा जाता सूत्रिक ते व्याख्या में विस्तृत शैली, है ना। पर इन्हें की है सूत्रिक शैली की वरतों जी है की है। ठीक है जी, कव्योवाच की परंपरा वाला तो मैं दसिया भी वह मतलब कि करता है, कव्योवाच की परंपरा जी है साढ़े किस्सों के मशहूर आ, वह चीज़ में वरतदा हीर
ਸਲੇਟੀ ਕਹਿੰਦਾ, ਜਤੇਟੀ ਕਹਿੰਦਾ, ਸਲੇਟੀ, ਜਟੇਟੀ, ਚਕੇਟੀ ਕਹਿੰਦਾ। ਠੀਕ ਹੈ, ਤੇ ਰਾਂਝੇ ਨੂੰ ਕੀ ਹੈ? ਧੀਦੋ, ਰਾਂਝਣ, ਚਾਕ। ਰਾਂਝੇ ਲਈ ਇਹ ਸ਼ਬਦ ਹੈ ਜਿਹੜੇ ਉਹ ਵਰਤਦਾ। ਜਿਵੇਂ ਉਹਦੀਆਂ ਲਾਈਨਾਂ ਨੇਗੀਆਂ, ਮੈਂ ਤੁਹਾਨੂੰ ਲਾਈਨਾਂ ਪੜ੍ਹ ਕੇ ਸੁਣਾਉਂਦੀ ਹਾਂ। ਨਾ ਕੋਈ ਆਖੇ ਹੀਰ ਮੈਨੂੰ, ਨਾ ਕੋਈ ਆਖੇ ਸਲੇਟੀ, ਜਾਤ ਸੁਨਾਤ ਪਛਾਣੋ ਨਾਹੀ, ਮੈਂ ਚਾਕੇ ਨਾਲ ਚਕੇਟੀ, ਕਦੋਂ ਚੂਚਕ ਮਾਂ ਪਿਓ ਮਹਿੰਦਾ, ਮੈਂ ਕਦੋਂ ਉਹਨਾਂ ਦੀ ਬੇਟੀ, ਦਾਵਣ ਆਏ ਲੱਗੀ ਲੜ ਤੈਂਡੇ, ਮੈਂ ਕਦੋਂ ਜੇ ਪਵਾਂ ਕਬੂਲ ਜਟੇਟੀ। ਠੀਕ ਹੈ, ਤਾਂ ਇਹ ਕੀ ਹੈ? ਜਟੇਟੀ, ਸਲੇਟੀ, ਚਕੇਟੀ, ਤਿੰਨ ਸ਼ਬਦ ਜਿਹੜੇ ਆ ਹੀਰ ਲਈ ਕੀ ਆ? ਵਰਤਦਾ। ਠੀਕ ਹੈ ਜੀ, ਰਾਂਝੇ ਦੀ ਤੁਲਨਾ ਕ੍ਰਿਸ਼ਨ ਨਾਲ ਕਰਦਾ, ਤੁਹਾਨੂੰ ਪਹਿਲਾਂ ਵੀ ਦੱਸਤਾ। ਰਾਂਝੇ ਦੀ ਤੁਲਨਾ ਜਿਹੜੀ ਉਹ ਕ੍ਰਿਸ਼ਨ ਨਾਲ ਕਰਦਾ। ਦਮੋਦਰ ਹੈ ਜਿਹੜਾ ਹੀਰ ਦੀਆਂ ਸਹੇਲੀਆਂ 360 ਦੱਸਦਾ, ਤੇ ਵਾਰਸ ਕਿੰਨੀਆਂ ਦੱਸਦਾ? 60। 360 ਕਹਿੰਦਾ ਵੀ ਹੀਰ ਦੀਆਂ ਸਹੇਲੀਆਂ, ਤੇ ਵਾਰਸ ਕਹਿੰਦਾ 60 ਸੀਗੀਆਂ। ਠੀਕ ਹੈ ਜੀ, ਇਹਦੇ 'ਤੇ ਫਾਰਸੀ ਦਾ ਪ੍ਰਭਾਵ ਹੈ ਜਿਹੜਾ ਕਿਸੇ 'ਤੇ ਘੱਟ ਆ, ਸੰਖੇਪਤਾ ਜਿਹੜੀ ਆ ਬਹੁਤ ਆ। ਫਾਰਸੀ ਦਾ ਪ੍ਰਭਾਵ ਘੱਟ ਹੈ ਰਾਜੇ, ਸੰਖੇਪਤਾ ਦਾ ਗੁਣਾ। ਰਿਚਰਡ ਟੈਂਪਲ ਤਾਂ ਕਹਿੰਦਾ ਕਿ ਇਹ ਜੀ ਦਮੋਦਰ ਨੂੰ ਕੀ ਆ? ਪਟਵਾਰੀ ਦੱਸਦਾ, ਤੇ ਬਾਬਾ ਬੁੱਧ ਸਿੰਘ ਕਹਿੰਦੇ ਵੀ ਹਟਵਾਣੀਆਂ ਸੀਗਾ। ਠੀਕ ਹੈ, ਦਮੋਦਰ ਅਨੁਸਾਰ ਹੀਰ ਨੇ ਜਿਹੜਾ 27 ਸਾਲ ਦੀ ਉਮਰ ਦੇ ਵਿੱਚ ਜ਼ਹਿਰ ਖਾਧਾ ਸੀ। ਠੀਕ ਹੈ, 16ਵੀਂ ਸਦੀ ਦਾ ਜਿਹੜਾ ਕਿੱਸਾਕਾਰ ਹੈ ਦਮੋਦਰ ਦਾ, ਕਿੱਸੇ ਨੂੰ ਵਾਰ ਵਾਰ ਅੱਖੀ ਡਿੱਠਾ ਕਹਿਣਾ ਕੀ ਹੈ? ਵਿਸਾਹ ਸਿਰਜਣ ਦੀ ਜੁਗਤ, ਜਿਹੜੀ ਮੈਂ ਤੁਹਾਨੂੰ ਪਹਿਲਾਂ ਹੀ ਸਮਝਾ ਚੁੱਕੀ ਹਾਂ। ਕੁਲਵੀਰ ਸਿੰਘ ਕਾਂਗ ਹੈ ਜਿਹੜਾ ਕਿੱਸੇ ਦਾ ਰਚਨਾ ਕਾਲ ਜਿਹੜਾ 1605 ਈਸਵੀ ਦੇ ਨੇੜੇ ਮੰਨਦਾ। ਠੀਕ ਹੈ, ਪਹਿਲਾਂ ਹੀ ਮੈਂ ਤੁਹਾਨੂੰ ਗੱਲ ਦੱਸ ਚੁੱਕੀ ਹਾਂ, ਕੁਲਵੀਰ ਕਾਂਗ ਹੈ ਜਿਹੜਾ ਕਿੱਸੇ ਦਾ ਸਮਾਂ 1605 ਮੰਨਦਾ, 1605 ਦੇ ਨੇੜੇ। ਠੀਕ ਹੈ ਜੀ, 16ਵੀਂ ਸਦੀ ਦਾ ਕਿੱਸਾਕਾਰ ਹੈ, ਪਤਾ ਆਪਾਂ ਨੂੰ 16ਵੀਂ ਸਦੀ ਦਾ। ਜਿਹੜਾ ਮੌਲਾ ਬਖਸ਼ ਕੁਸ਼ਤਾ ਉਹਦੇ ਅਨੁਸਾਰ ਹੀਰ ਦੀ ਜਿਹੜੀ ਘਟਨਾ ਹੈ ਬਹਿਲੋਲ ਲੋਧੀ ਦੇ ਸਮੇਂ,
बहलोल लोधी के समय 1450 तो 1488 दे विचकार की है वापरदी है। ठीक है जी, लग रहा समझ बई, कमेंट करके दस्या करो राजे। हीर की घटना 15वीं सदी च वापरदी है, 15वीं सदी दे विच। पर जिहड़ा दमोदर ने किस्सा लिखा है मन्या जांदा, दमोदर ने जिहड़ा किस्सा लिखा 1605 तो 17 दे दरमियान लिखा, 17 दे दरमियान। ठीक है जी, इहदे जिहड़े रस ज़्यादातर वीर शिंगार वीर ते हास रस की वरतों जिहड़ी कीती गई है, किस्से दे रस जिहड़े आ शिंगार रस तां मैं तुहानूं दस्सिया वी जरूरी हुंदा ही हुंदा है प्रेमा ख्यान दे विच, शिंगार वीर इतिहास रस तीन रस है जिहड़े इहदे मुख है। तो इहदा जिहड़ा छंद है किहड़ा बई, दमोदर दे किस्से दा छंद की है दवैया, दवैया छंद की वरतों है जिहड़ी वो दमोदर ने कीती है। ठीक है जी, किस्से दे अंत विच हीर रांझे नूं हीर रांझे नूं मक्के वल तोड़ दिंदा, मक्के वल तोड़ के इश्क मजाजी तो इश्क हकीकी वल नूं लै जांदा। इश्क हकीकी वल नूं लै जांदा, ये मैं तुहानूं दस्या सीगा भी लेखक जिहड़ा समाज दे विच अपनी रचना नूं मकबूल कराउण दे लई इह वाली योगता जिहड़ी वरतदा कि जदों किसे अंत दे उपर की है रब दे नाल जोड़ दिंदा उहनां रूहां नूं, भाव कि इश्क मजाजी है जिहड़ा भी उह इश्क हकीकी हो चुक्या है। ठीक है, उस चीज़ नूं की आ उह रब नाल जोड़ के तां कि समाज जिहड़ा उहदी रचना दे उपर किंतू परंतु ना करे बहुता, समाज दे विच मकबूल कराउण दे लई लेखक है जिहड़े किस्साकार जिहड़े योगता जिहड़ी उह वरतदे आ। ठीक है जी, किस्से दे विच जिहड़ा उहदा पिता चूचक आ, हीर दा पिता चूचक जिहड़ा चौरासी पिंडां दा सरदार दिखाया गया, ठीक है जी। ठीक है भाई, ठीक है भाई, थैंक यू। मैनू उम्मीद है भी तुहानू समझ लग्या होगा अपना किस्सा काव बारे दमोद।